ਪਾਰਟੀ ਹੈ, ਸਾਡੀ ਕਸ਼ਮੀਰ ਪਾਰਟੀ ਜਿਹੜੀ ਹੈ ਕਹਿੰਦੇ ਜਾਂਦੀ ਅੱਗੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੀਪਲਸ ਪਾਰਟੀ ਦੀ ਪਾਰਟੀ ਲਗਾਈ ਗਈ ਹੈ। पंजाब सीमा से सटी ग्राम पंचायत बहल के गुरुद्वारा लोर लंगर में सिखों के दसवें गुरु गोविंद सिंह जी के ऐतिहासिक 357वें प्रकटोत्सव के मौके पर बुधवार को भव्य नगर कीर्तन निकाला गया और पूरा क्षेत्र बोले सो निहाल सत श्री अकाल के जयकारों गूंज उठा। इस दौरान हजारों की संख्या में श्रद्धालुओं ने नगर कीर्तन में भाग लिया। नगर कीर्तन की अगुवाई 5 प्यारों ने की और संगत सतनाम श्री वाहेगुरु का जाप करती हुई चल रही थी और पूरा क्षेत्र बोले सो निहाल सत श्री अकाल के उद्घोष से गुज रहा था। यह नगर कीर्तन गुरुद्वारा बहल से शुरू होकर जज्ञ गुरुद्वारा बरोली सिमरवाल पहाड़ को संलार लगते धनेरा गुरुद्वारा किला तारागढ़ गुरुद्वारा दशमेश अकेडमी बरोद से होता हुआ तखत श्री केसगढ़ साहिब पहुंचकर देर शाम इसका समापन हुआ। ਸ਼ਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਬਹਾਦਰ ਸਿਮਰ ਗਿਆ ਘਰ ਸਹਾਰੇ। ਇਸ ਇਲਾਕੇ ਦੇ ਭਾਗ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਸਾਰੇ ਇੱਥੇ ਆਉਂਦੇ ਰਹੇ ਨੇ। ਇਹ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਭ ਸਿੰਘ ਜੀ ਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ ਅਤੇ ਦਾਸ ਨੇ ਇੱਥੋਂ ਨਗਰ ਕੀਰਤਨ ਸ਼ੁਰੂ ਕਰਾਇਆ। ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਜਥੇਦਾਰ ਕੇਸਗੜ੍ਹ ਸਾਹਿਬ ਵਾਲਿਆਂ ਨੇ ਅਤੇ ਹੁਣ ਮੈਂ ਦੇਖ ਰਿਹਾ ਬਹੁਤ ਬੜਾ ਇਕੱਠ ਹੈ ਔਰ ਸਾਰੇ ਇਲਾਕੇ ਵਿੱਚ ਚਾਹੇ ਕੋਈ ਵੀ ਕਿਸੇ ਵੀ ਜਿਹੜਾ ਮਨੁੱਖ ਆ ਉਹ ਆਪਣਾ ਸਮਝਦਾ ਵੀ ਮੈਂ ਜ਼ਰੂਰ ਦਰਸ਼ਨ ਕਰਾਂ। ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਬਹੁਤ ਹੀ ਸ਼ਲਾਘਾਯੋਗ ਗੱਲ ਆ ਜੀ। ਵਾਹ ਵਰਤੇ ਅਗੰਬੜਾ ਪ੍ਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਜੇਲਾ ਸਾਰੀ ਸਮੂਹ ਇਲਾਕਾ ਨਿਵਾਸੀ ਚੰਗਰ ਦੀ ਉੱਥੇ ਵਿਸ਼ੇਸ਼ ਸੰਯੋਗ ਕਿਲ੍ਹਾ ਆਨੰਦਗੜ੍ਹ ਸਾਹਿਬ ਸੰਪਰਦਾ ਕਿਲ੍ਹਾ ਆਨੰਦਗੜ੍ਹ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ
ਸੰਤ ਬਾਬਾ ਲਾਗ ਸਿੰਘ ਜੀ, ਬਾਬਾ ਹਰਭਜਨ ਸਿੰਘ ਜੀ ਪਹਿਲਵਾਨ, ਮੌਜੂਦਾ ਮੁਖੀ ਸੰਤ ਬਾਬਾ ਸੁੱਚਾ ਸਿੰਘ ਜੀ, ਸਾਰੀ ਮੈਨੇਜਮੈਂਟ ਨਾਲ ਨਗਰ ਕੀਰਤਨ ਦੇ ਅੱਜ ਸੇਵਾਦਾਰ ਉੱਥੇ ਹੀ ਨਿਸ਼ਾਂਤ ਸਾਹਿਬ, ਸੋਹਣੇ ਪੰਜ ਪਿਆਰੇ ਸਾਹਿਬਾਨ ਉੱਥੇ ਚਾਰ ਵਰਦਾਰ, ਅਤੇ ਬਾਬਾ ਗਿਆਨ ਸਿੰਘ ਜੀ ਬਹਿਲ, ਉਹ ਵੀ ਵਿਸ਼ੇਸ਼ ਤੌਰ 'ਤੇ ਬਾਬਾ ਪ੍ਰੇਮ ਸਿੰਘ ਜੀ ਬੁਲੈੜੀ, ਜੋ ਕਿ ਹਰ ਸਾਲ ਪੰਜਾਂ ਪਿਆਰਿਆਂ ਸਾਹਿਬਾਨਾਂ ਦੀ ਸੇਵਾ ਨਾਲ ਕਰਵਾਉਂਦੇ ਆ। ਬੜੀ ਸੰਗਤ ਦਾ ਇਕੱਠ ਆ ਅੱਜ, ਬਹੁਤ ਜ਼ਿਆਦਾ ਸੰਗਤ ਹਿਮਾਚਲ ਪ੍ਰਦੇਸ਼ ਦੀ ਇਹ ਚੰਗਰ ਇਲਾਕੇ ਦੀ ਨਾਲ ਹਗਾਮਾ ਭਰ ਰਹੀ ਆ, ਤੁਰ ਰਹੀ ਆ, ਔਰ ਸੇਵਾ ਵੀ ਬਹੁਤ ਆ, ਭਾਵਨਾ ਵੀ ਬਹੁਤ ਆ ਸੰਗਤ ਦੇ ਵਿੱਚ। ਅੱਜ 19ਵਾਂ ਨਗਰ ਕੀਰਤਨ ਪਿੰਡ ਬਹਿਲ ਤੋਂ ਸਮੂਹ ਚੰਗਰ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਹੜਾ ਕਿ ਕੱਢਿਆ ਜਾਂਦਾ ਪ੍ਰਬੰਧ ਕਾਰ ਸੇਵਾ ਜ਼ਿਲ੍ਹਾ ਅਨੰਦਗੜ੍ਹ ਸਾਹਿਬ ਦੇ ਅਧੀਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਹ ਹੇਠ ਪੰਜ ਪੈਰਿਆਂ ਦੀ ਅਗਵਾਈ ਦੇ ਵਿੱਚ 357ਵਾਂ ਨਗਰ ਕੀਰਤਨ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ 'ਤੇ ਤਖ਼ਤ ਸ੍ਰੀ ਕੇਸਗੜ੍ਹ ਏ 19ਵਾਂ ਨਗਰ ਕੀਰਤਨ ਇੱਥੋਂ ਆਰੰਭ ਹੋਇਆ ਹੈ, ਅਤੇ ਪੜਾਅ ਦਰ ਪੜਾਅ ਜਾਂਦਾ ਹੋਇਆ ਸ਼ਾਮ ਨੂੰ ਜਾ ਕੇ ਜਿਹੜਾ ਕਿ ਪੋਲ ਛੱਕ ਕੇ ਜਦੋਂ ਤੋਂ ਨਗਰ ਕੀਰਤਨ ਕੱਢੇ ਗਏ ਆ ਉਦੋਂ ਤੋਂ ਜਿਹੜੇ ਹੈਗੇ ਗੁਰੂ ਦੇ ਸਿੱਖ ਬਣ ਗਏ। ਉਹ ਇਹ ਸੁਣਾਉਂਦੇ ਹੁੰਦੇ ਸਾਨੂੰ, ਦੱਸਦੇ ਤੇ ਕਿ ਸਾਨੂੰ ਬਾਜਾਂ ਵਾਲਾ ਬਾਜਾਂ ਮਾਰਦਾ, ਉਹ ਕਹਿੰਦੇ ਇਹ ਮਹਿਸੂਸ ਹੁੰਦਾ। ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਫਿਰ ਬਹੁਤ ਪਿਆਰ ਦੇ ਰਹੀਆਂ, ਪੜਾਅ ਦਾ ਪੜਾਅ ਗੇਟ ਲੱਗੇ ਹੋਏ ਆ ਸਾਰੇ ਪਿੰਡਾਂ ਦੇ ਵਿੱਚੋਂ, ਸ਼ਾਮ ਨੂੰ ਜਾ ਕੇ ਉੱਥੇ ਪਹੁੰਚਣਾ। ਸੋ ਇਹ ਜਿਹੜਾ ਨਗਰ ਕੀਰਤਨ ਦਾ ਪ੍ਰਬੰਧ ਆ ਇਹ ਕਾਰ ਸੇਵਾ ਜ਼ਿਲ੍ਹਾ ਅਨੰਦਗੜ੍ਹ ਵੱਲੋਂ ਹੈ, ਔਰ ਚੰਗਰ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਰਾ ਹੀ ਜਿਹੜਾ ਹੈ ਜਾਣੀ ਕਿ ਸੰਗਤਾਂ ਨੂੰ ਇਕੱਤਰ ਕਰਕੇ ਟਰੈਕਟਰ ਟਰਾਲੀਆਂ ਕਾਰਾਂ ਵਿੱਚ ਲੈ ਕੇ ਪੈਦਲ ਜਾ ਕੇ ਅਤੇ ਉਹ ਚੱਲਦੇ ਹਨ। ਸੋ ਸਾਰਿਆਂ ਨੂੰ ਮੈਂ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕਾ ਸਰਕਲ ਮਤਲਬ ਕੀਰਤਪੁਰ ਸਾਹਿਬ ਦੇ ਪ੍ਰਧਾਨ ਹੋਣ ਦੇ ਨਾਤੇ, ਡਾਕਟਰ ਵਿਸ਼ਾਲ ਸਿੰਘ ਬਰੂਵਾਲ, ਸਮੁੱਚੀ ਦੇਸ਼ ਵਾਸੀਆਂ ਨੂੰ ਮੈਂ ਬਹੁਤ ਬਹੁਤ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਹੁੰਦੀਆਂ ਵਧਾਈਆਂ ਦਿੰਦਾ, ਆਪਦੇ ਮੀਡੀਆ ਚੈਨਲ ਦਾ ਵੀ ਧੰਨਵਾਦ ਕਰਦਾ ਜਿਹੜੇ ਕਿ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਵੀ ਦੂਰ ਦੂਰ ਤੱਕ ਸੰਗਤਾਂ ਨੂੰ ਜਾਣੂ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।